ਸਤਿ ਸ਼੍ਰੀ ਅਕਾਲ ਦੋਸਤੋ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਔਲਖ ਬੋਰ ਵਾਲਾ, ਅਤੇ ਅੱਜ ਆਪਾਂ ਆਪਣੇ ਪਿੰਡ ਦੇ ਹਰੇਕ ਸਾਲ ਜੋ ਪਿੰਡ ਦੇ ਵਿੱਚ ਮਨਾਇਆ ਜਾਂਦਾ ਸ਼ਹੀਦਾਂ ਸਿੰਘਾਂ ਦੇ ਗੁਰਦੁਆਰੇ ਦੇ ਵਿੱਚ ਜਹੇਦਾਰ ਬਾਬਾ ਛਿੰਦਾ ਸਿੰਘ ਤਰਨਾ ਦਲ ਦੇ ਮੁਖੀ ਹਰੇਕ ਸਾਲ ਆਉਂਦੇ ਨੇ ਅਤੇ ਇੱਥੇ ਪਾਠ ਰੱਖਦੇ ਨੇ ਅਤੇ ਭੋਗ ਪੈਂਦੇ ਨੇ ਅਤੇ ਭੋਗ ਤੋਂ ਬਾਅਦ ਘੋੜਿਆਂ ਦੀ ਘੋੜ ਦੌੜ ਹੁੰਦੀ ਅਤੇ ਘੋੜ ਦੌੜ ਤੁਹਾਨੂੰ ਅੱਜ ਦਿਖਾਵਾਂਗੇ ਘੋੜਿਆਂ ਦੀ ਕਿਵੇਂ ਹੁੰਦੀ ਹੈ। ਅਤੇ ਤੁਸੀਂ ਵੀਡੀਓ ਨਾਲ ਜੁੜੇ ਰਿਹਾ ਜੇ, ਅਤੇ ਜਿਹੜੇ ਪਹਿਲੀ ਵਾਰ ਆਏ ਆਪਣੇ ਚੈਨਲ 'ਤੇ ਅਤੇ ਉਹ ਜ਼ਰੂਰ ਇਹਨੂੰ ਫੋਲੋ ਵੀਡੀਓ ਨੂੰ ਕਰੋ ਅਤੇ ਸ਼ੇਅਰ ਜ਼ਰੂਰ ਕਰਿਆ ਜੇ, ਅਤੇ ਤੁਸੀਂ ਜੁੜੇ ਰਹੋ ਬਲੌਕ ਦੇ ਨਾਲ। ਦੇਖ ਸਕਦੇ ਘੋੜੇ ਬਿਲਕੁਲ ਤਿਆਰ ਹੋ ਕੇ ਅਤੇ ਹੁਣ ਘੋੜ ਦੌੜ ਵਾਸਤੇ ਜਾ ਰਹੇ ਨੇ, ਘੋੜ ਦੌੜਾ ਦਿਖਾਵਾਂਗੇ ਅਤੇ ਜੁੜੇ ਰਿਹਾ ਜੇ ਵੀਡੀਓ ਦੇ ਨਾਲ। ਦੇਖ ਸਕਦੇ ਹੋ ਜਦੋਂ ਘੋੜ ਦੌੜ ਲਾਉਂਦੇ ਨੇ ਅਤੇ ਬਾਬੇ ਅਤੇ ਖੁਸ਼ੀ ਵੱਲੋਂ ਇਨਾਮ ਸ਼ਵਾਨ ਵੀ ਦਿੰਦੇ ਨੇ। ਇਨਾਮ ਤੁਸੀਂ ਦੇਖ ਸਕਦੇ ਜੇ, ਦੇਖੋ ਜੀ ਘੋੜਿਆਂ ਦੀ ਕਦੇ ਤਾਂ ਘੋੜ ਦੌੜ ਲੱਗਦੀ ਹੈ ਅਤੇ ਘੋੜ ਦੌੜ ਲਾ ਕੇ ਜਦੋਂ ਵਾਪਸ ਆਉਂਦੇ ਨੇ ਅਤੇ ਖੁਸ਼ੀ ਵੱਲੋਂ ਇਨਾਮ ਦਿੰਦੇ ਨੇ ਸੰਗਤਾਂ ਵਗੈਰਾ। ਅਤੇ ਅੱਜ ਤੁਹਾਨੂੰ ਦਿਖਾਉਣੇ ਨੂੰ ਦੇਖ ਸਕਦੇ ਨੂੰ, ਵੇਖੋ ਜੀ ਆਹ ਵੇਖੋ ਜੀ ਚਿੱਟਾ ਘੋੜਾ, ਕਿਆ ਬਾਤ ਹੈ। ਉਹ ਦੇਖੋ ਜੀ ਘੋੜ ਦੌੜ ਲਾਈ ਘੋੜੇ ਨੇ, ਆਹ ਦੇਖੋ ਜੀ ਫਿਰ ਦੌੜ ਛੱਡੀ ਘੋੜੇ ਨੇ, ਕਿਆ ਬਾਤਾਂ ਨੇ। ਅਤੇ ਜੁੜੇ ਰਹੋ ਬਲੌਗ ਦੇ ਨਾਲ ਅਤੇ ਵੀਡੀਓ ਤੁਹਾਨੂੰ ਹੋਰ ਵੀ ਦੌੜਾਂ ਦਿਖਾਵਾਂਗੇ, ਦੇਖ ਸਕਦੇ ਤੁਸੀਂ ਦੌੜਾਂ। ਅਤੇ ਦੇਖੋ ਜੀ ਇੱਕ ਹੋਰ ਦੌੜ ਛੱਡੀਏ ਨਿਹੰਗ ਸਿੰਘ ਨੇ, ਦੇਖ ਸਕਦੇ ਜੀ ਇੱਕ ਹੋਰ ਛੱਡੀਏ ਦੌੜ, ਦੇਖ ਸਕਦੇ ਦੌੜਾਂ ਤੁਹਾਨੂੰ ਦਿਖਾ ਰਹੇ ਹਾਂ ਦੌੜਾਂ 'ਤੇ। ਵੇਖੋ ਜੀ ਆਹ ਦੇਖੋ ਜੀ ਵੇਖੋ ਕਿੰਨੇ ਫਾਸਟ ਘੋੜੇ ਅਤੇ ਦੌੜਾਂ ਵੇਖੋ ਜੀ ਲਾਉਂਦੇ, ਅਤੇ ਦੇਖ ਸਕਦੇ ਨਾ ਆਹ ਦੇਖੋ ਜੀ ਘੋੜਾ ਕਿਵੇਂ ਦੌੜਾਂ ਲਾਉਂਦੇ ਨੇ। ਜੁੜੇ ਰਹੋ ਤੁਸੀਂ ਬਲੌਗ ਦੇ ਨਾਲ, ਦੇਖੋ ਜੀ ਵੀ ਆਹ ਜਿਹੜੀਆਂ ਵੀਡੀਓ ਦਾ ਮੇਨ ਵਿਖਾਉਣ ਦਾ ਤੁਹਾਨੂੰ ਕਾਰਨ ਆ ਹੈ ਕਿ ਅੱਜ ਕੱਲ੍ਹ ਜਿਹੜੇ ਬੱਚਿਆਂ ਨੂੰ ਬਹੁਤ ਘੱਟ ਪਤਾ ਵੀ ਨਿਹੰਗ ਸਿੰਘ ਘੋੜ ਦੌੜ ਕਿਵੇਂ ਲਾਉਂਦੇ ਨੇ, ਅਤੇ ਆਪਣਾ ਮੇਨ ਕਾਰਨ ਹੀ ਆ ਕਿ ਸਾਨੂੰ ਦੇਖ ਸਕਦੇ ਦੌੜਾਂ ਲਾਉਂਦੇ ਕਿਵੇਂ, ਤੁਹਾਨੂੰ ਦਿਖਾ ਰਹੇ ਹਾਂ ਸਕਰੀਨ 'ਤੇ, ਅਤੇ ਤਾਂ ਕਰਕੇ ਵੀਡੀਓ ਬਣਾਈਏ। ਮੈਂ ਚਲੋ ਜਿਹੜੇ ਬੱਚਿਆਂ ਨੂੰ ਨਹੀਂ ਪਤਾ ਅਤੇ ਉਹ ਦੇਖ ਕੇ ਵੀਡੀਓ ਆਪਣੀ ਨੂੰ, ਅਤੇ ਜ਼ਰੂਰ ਵੀ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਘੋੜ ਦੌੜ ਕਿਵੇਂ ਹੁੰਦੀ ਹੈ। ਵੀ ਆਹ ਦੇਖ ਸੋ ਆਹ ਦੇਖੋ ਵੇਖੋ ਜੀ ਘੋੜੇ ਕਿੰਨੇ ਫਾਸਟ ਆਉਂਦੇ ਨੇ ਅਤੇ ਕਿਵੇਂ ਦੌੜਾਂ ਲਾਉਂਦੇ ਨੇ, ਅਤੇ ਵੀਡੀਓ ਨਾਲ ਤੁਸੀਂ ਜੁੜੇ ਰਹੋ। ਅਤੇ ਵੇਖੋ ਜੀ ਵੇਖੋ ਫਿਰ ਇੱਕ ਘੋੜਾ ਆ ਰਿਹਾ, ਦੇਖ ਸਕਦੇ ਤੁਸੀਂ, ਅਤੇ ਵੇਖੋ ਜੀ ਇੱਦਾਂ ਹੁੰਦੇ ਆ ਨਿਹੰਗ ਸਿੰਘ ਜਿਹੜੀਆਂ ਦੌੜਾਂ ਕਰਦੇ ਨੇ, ਐਵੇਂ ਦੌੜਾਂ ਕਰਦੇ ਨੇ। ਅਤੇ ਵੀਡੀਓ ਨਾਲ ਜੁੜੇ ਰਹੋ, ਹੋਰ ਵੀ ਪਿੱਛੇ ਜੇ ਘੋੜੇ ਦੌੜਾਂ ਛੱਡਣ ਦੇ ਅਤੇ ਉਹ ਦੇਖ ਸਕਦੇ। ਆਹ ਦੇਖੋ ਜੀ ਬਹੁਤ ਹੀ ਜ਼ਿਆਦਾ ਘੋੜੇ ਇਹਨਾਂ ਦੇ ਫਾਸਟ ਹੁੰਦੇ ਨੇ ਅਤੇ ਦੌੜਾਂ ਲਾਉਂਦੇ ਨੇ, ਦੇਖ ਸਕਦੇ ਜੇ। ਹਾਂ ਦੇਖ ਸਕਦੇ ਜੀ ਫਿਰ ਦੁਬਾਰਾ ਇੱਕ ਬਾਬੇ ਨੇ ਦੌੜ ਲਗਾਈ ਘੋੜੇ ਦੀ, ਅਤੇ ਜੁੜੇ ਰਹੋ ਵੀਡੀਓ ਨਾਲ, ਅਜੇ ਹੋਰ ਵੀ ਦੌੜਾਂ ਬਹੁਤ ਘੋੜਿਆਂ ਨੇ ਲਾਉਣੀਆਂ ਨੇ। ਆਹ ਦੇਖੋ ਜੀ ਦੇਖੋ ਵੀ ਕਿੰਨੇ ਫਾਸਟ ਦੌੜਾਂ ਨੇ ਘੋੜਿਆਂ ਦੀਆਂ। ਇਸ ਤਰ੍ਹਾਂ ਹਰੇਕ ਸਾਲ ਇੱਥੇ ਪਿੰਡ ਝੋੜਖੜੇ ਦੌੜਾਂ ਲਵਾਉਂਦੇ ਨੇ, ਨਿਹੰਗ ਸਿੰਘ ਜਿਹੜਾ ਤਰਨਾ ਦਾ ਲਾਉਂਦਾ ਹੈ ਹਰੇਕ ਸਾਲ, ਅਤੇ ਖੰਡ ਪਾਠ ਰੱਖਦਾ ਹੈ ਅਤੇ ਤਿੰਨਾਂ ਦਿਨਾਂ ਬਾਅਦ ਭੋਗ ਪੈ ਕੇ ਅਤੇ ਉਸ ਤੋਂ ਬਾਅਦ ਵੀ ਘੋੜ ਦੌੜ ਕਰਦੇ ਨੇ, ਦੇਖ ਸਕਦੇ ਤੁਸੀਂ ਜੁੜੇ ਰਹੋ ਵੀਡੀਓ ਨਾਲ। ਅਤੇ ਹੁਣ ਦੌੜਾਂ ਤੋਂ ਵਾਪਸ ਆ ਰਹੇ ਨੇ ਅਤੇ ਵੇਖੋ ਜੀ ਕਿੱਦਾਂ ਫਿਰ ਨਾਮ ਸ਼ਾਮ
ਵੇਖੋ ਜੀ ਕਿੱਦਾਂ ਨਾਂ ਮਿਲਦੇ ਨੇ ਅਤੇ ਦੇਖ ਸਕਦੇ ਜੀ ਬਾਬਿਆਂ ਦਾ ਮਾਣ ਤਾਣ ਕਰਦੇ ਨੇ ਸੰਗਤਾਂ ਵਗੈਰਾ, ਅਤੇ ਦੇਖ ਸਕਦੇ ਜੀ ਬਹੁਤ ਕੁੜੇ ਨੇ, ਜੁੜੇ ਰਹੋ ਵੀਡੀਓ ਨਾਲ। ਅਤੇ ਦੇਖੋ ਜੀ ਇੱਦਾਂ ਦੇ ਇੱਕ ਜਿਹੜੇ ਸਰ ਦੇ ਜਿਹੜੀ ਇੱਕ ਸਰ ਹੁੰਦੀ ਹੈ, ਕਈਆਂ ਨੂੰ ਸਰ ਨਹੀਂ ਪਤਾ, ਸਰ ਦੇ ਇੱਦਾਂ ਦੇ ਕਿੱਲੇ ਬਣਾਉਂਦੇ ਨੇ ਕਿੱਲਿਆਂ, ਫਿਰ ਬਰਸ਼ੇ ਨਾਲ ਵੀ ਪੂਰਾ ਫਾਸਟ ਘੋੜਾ ਭਜਾ ਕੇ ਅਤੇ ਉਹ ਕਿੱਲੇ ਚੁੱਟਦੇ ਨੇ। ਅਤੇ ਦੇਖ ਸਕਦੇ ਜੀ ਤੁਸੀਂ, ਦੇਖੋ ਜੀ ਆ ਦੇਖੋ ਹੁਣ ਦੌੜਾਂ ਲਾ ਕੇ ਵਾਪਸ ਆ ਰਹੇ ਨੇ ਅਤੇ ਦੁਬਾਰਾ ਫਿਰ ਦੌੜਾਂ ਲਾਉਣ ਦੇ, ਅਤੇ ਵੀਡੀਓ ਨਾਲ ਜੁੜੇ ਰਿਹਾ ਜੀ। ਅਤੇ ਆਪਾਂ ਇੱਦਾਂ ਦੀਆਂ ਵੀਡੀਓ ਹੋਰ ਵੀ ਤੁਹਾਨੂੰ ਦਿਖਾਉਂਦੇ ਰਹਾਂਗੇ। ਦੇਖੋ ਜੀ ਬਹੁਤ ਜ਼ਿਆਦਾ ਦੂਰੋਂ ਦੂਰੋਂ ਦੇਖਣ ਆਉਂਦੇ ਨੇ ਦੌੜਾਂ, ਕਿਉਂਕਿ ਜਿਹੜਾ ਬੋਰ ਦੇ ਕੋਲ ਪਿੰਡ ਝੋੜਖੜਾ ਹੈ ਅਤੇ ਇੱਥੇ ਹਰੇਕ ਸਾਲ ਤਰਨਾ ਦਲ ਦਾ ਮੁਖੀ ਬਾਬਾ ਛਿੰਦਾ ਸਿੰਘ ਜੀ ਆਉਂਦਾ ਹੈ ਅਤੇ ਆਣ ਕੇ ਇੱਥੇ ਰੱਖਦਾ ਹੈ ਅਖੰਡ ਪਾਠ, ਅਤੇ ਹਰੇਕ ਸਾਲ ਹੀ ਮੇਲਾ ਵਗੈਰਾ ਮਨਾਇਆ ਜਾਂਦਾ ਹੈ। ਅਤੇ ਦੇਖ ਸਕਦੇ ਜੀ ਤੁਸੀਂ ਸਾਹਮਣੇ, ਅਤੇ ਫਿਰ ਆਣ ਮੇਲਾ ਮਨਾ ਕੇ ਅਤੇ ਫਿਰ ਬਾਅਦ 'ਚ ਘੋੜ ਦੌੜਾਂ ਕਰਦੇ ਨੇ, ਅਤੇ ਦੇਖ ਸਕਦੇ ਹੋ ਤੁਸੀਂ ਕਿੰਨੇ ਘੋੜੇ ਨੇ ਬਾਬਿਆਂ ਕੋਲ। ਅਤੇ ਵੀਡੀਓ ਨਾਲ ਜੁੜੇ ਰਹੋ ਅਤੇ ਇੱਦਾਂ ਦੀਆਂ ਵੀਡੀਓ ਵੇਖਣ ਲਈ ਆਪਣੇ ਚੈਨਲ ਨੂੰ ਫੋਲੋ ਕਰ ਲਓ ਤਾਂ ਜੋ ਤੁਹਾਡੇ ਕੋਲ ਹੋਰ ਵੀ ਵੀਡੀਓ ਪਹੁੰਚਣ ਇੱਦਾਂ ਦੀਆਂ। ਅਤੇ ਦੇਖ ਸਕਦੇ ਤੁਸੀਂ ਬਹੁਤ ਜ਼ਿਆਦਾ ਇਕੱਠ ਵੱਡਾ ਸੀ ਜਦੋਂ ਤੋਂ ਘੋੜ ਦੌੜ ਹੁੰਦੀਆਂ ਨੇ, ਅਤੇ ਬਹੁਤ ਹੀ ਸਾਧ ਸੰਗਤ ਆਉਂਦੀਆਂ ਨੇ ਦੂਰੋਂ ਦੂਰੋਂ ਘੋੜ ਦੌੜ ਵੇਖਣ ਅਤੇ ਵਗੈਰਾ ਤੁਹਾਨੂੰ ਦਿਖਾ ਰਹੇ ਹਾਂ। ਦੇਖ ਸਕਦੇ ਹੋ ਕਿੱਦਾਂ, ਵੇਖੋ ਜੀ ਉਹ ਵੇਖੋ ਜੀ ਬਰਸ਼ੇ ਉੱਤੇ ਦੋ ਕਿੱਲੇ ਟੰਗੇ ਹੋਏ, ਬਾਬੇ ਨੇ ਇਕੱਠੇ ਦੋ ਕਿੱਲੇ ਜਦੋਂ ਦੌੜ ਲਾਈ ਸੀ ਅਤੇ ਕਿੱਲਿਆਂ 'ਤੇ ਬਰਸ਼ਾ ਮਾਰ ਕੇ ਇਕੱਠੇ ਦੋ ਕਿੱਲੇ ਲੈ ਗਿਆ, ਉਹ ਦੇਖ ਸਕਦੇ ਹੋ ਬਰਸ਼ੇ 'ਚ ਕਿੱਦਾਂ ਉਤਾਰ ਰਿਹਾ। ਅਤੇ ਇੱਦਾਂ ਦੀਆਂ ਵੀਡੀਓ ਵਿਖਾਉਣ ਦਾ ਮੇਰਾ ਕਾਰਨ ਆਹੀ ਹੈ ਵੀ ਤੁਸੀਂ ਨਾ ਵੀ ਤੁਹਾਨੂੰ ਜਿਹੜਾ ਪਤਾ ਲੱਗ ਜੇ ਵੀ ਕਿੱਦਾਂ ਦੀ ਨਿਹੰਗ ਸਿੰਘ ਘੋੜ ਦੌੜ ਕਰਦੇ ਨੇ, ਅਤੇ ਤਾਂ ਜੋ ਤੁਹਾਨੂੰ ਵੀਡੀਓ ਮੈਂ ਦਿਖਾਈਆਂ ਨੇ। ਦੇਖੋ ਜੀ ਉਹ ਵੇਖੋ ਜੀ ਬਹੁਤ ਯਾਨੀ ਕਿ ਘੋੜੇ ਵੀ ਬਹੁਤ ਅੜਬ ਹੁੰਦੇ ਨੇ, ਇੱਕ ਦੂਜੇ ਨਾਲ ਲੜ ਵੀ ਪੈਂਦੇ ਨੇ। ਦੇਖ ਸਕਦੇ ਹੋ ਆਖੋ ਜੀ ਚਿੱਟਾ ਨੁਕਰਾ ਘੋੜਾ, ਤੁਸੀਂ ਦੇਖ ਸਕਦੇ ਹੋ ਕਿਤੇ ਵਧੀਆ ਵਧੀਆ ਬਾਬਿਆਂ ਕੋਲ ਘੋੜੇ ਨੇ। ਅਤੇ ਵੇਖੋ ਜੀ ਹੁਣ ਘੋੜ ਕਿਤੋਂ ਦੌੜ ਲਾਈ ਸੀ ਦੌੜ ਤੋਂ ਵਾਪਸ ਆ ਰਹੇ ਨੇ, ਅਤੇ ਇਹਨਾਂ ਨੂੰ ਵੇਖੋ ਜੀ ਨਾਮ ਦੇ ਰਹੇ ਨੇ। ਦੇਖੋ ਜੀ ਨਾਮ ਮਿਲ ਰਹੇ ਨੇ ਬਾਬਿਆਂ ਨੂੰ, ਕਿਉਂਕਿ ਇਹਨਾਂ ਨੇ ਦੌੜਾਂ ਵਿਖਾਈਆਂ ਨੇ, ਅਤੇ ਦੌੜਾਂ ਵਿਖਾਉਣ ਤੋਂ ਬਾਅਦ ਇਹਨਾਂ ਨੂੰ ਫਿਰ ਨਾਮ ਮਿਲਦੇ ਨੇ। ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜੇ ਵਧੀਆ ਲੱਗੀ ਤਾਂ।